हेलो एवरीवन आज आप करेंगे पाठ 13 मेरी पहली कमाई ਛੇ ਮਹੀਨੇ ਇਮਤਾਨ ਤੋਂ ਪਿੱਛੋਂ ਸਕੂਲ ਵਿੱਚ ਕੁਝ ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਮੇਰੇ ਉਹ ਦਿਨ ਵਿਹਲੇ ਸਨ ਇੱਕ ਦਿਨ ਮੈਂ ਖਟੀਆਂ ਮਿੱਠੀਆਂ ਗੋਲੀਆਂ ਲੈਣ ਬਾਜ਼ਾਰ ਬਾਜ਼ਾਰ ਚਲਾ ਚਲਿਆ ਗਿਆ ਉਹ ਗੋਲੀਆਂ ਪਸਾਰੀ ਦੀ ਹੱਟੀ ਤੋਂ ਮਿਲਦੀਆਂ ਸਨ ਜਦੋਂ ਮੈਂ ਉੱਤੇ ਪਹੁੰਚਿਆ ਤਾਂ ਹੱਟੀ ਉੱਤੇ ਕਈ ਕੋਈ ਖਲੋਦਾ ਹੋਇਆ ਸੀ ਹੱਟੀ ਵਾਲਾ ਉਸ ਆਦਮੀ ਕੋਲੋਂ ਸੌਦਾ ਪੱਤਾ ਬਾਉ ਨੇ ਲੇ ਲਿਫਾਫੇ ਖਰੀਦ ਰਹਾ ਸੀ ਉਹਨਾਂ ਆਪਸ ਵਿੱਚ ਕੁਝ ਸੌਦੇਬਾਜ਼ੀ ਕੀਤੀ ਪਾਵ ਤੈ ਹੋ ਗਿਆ ਤਾਂ ਦੁਕਾਨਦਾਰ ਨੇ ਉਸ ਆਦਮੀ ਕੋਲੋਂ ਇੱਕ ਥੱਬਾ ਲਿਫਾਫਿਆਂ ਦਾ ਲੈ ਲਿਆ ਉਹ ਆਦਮੀ ਲਿਫਾਫੇ ਦਿੱਤਾ ਕੀਮਤ ਲੈ ਕੇ ਚਲਿਆ ਗਿਆ ਹੱਟੀ ਵਾਲੇ ਨੇ ਮੇਰੇ ਵੱਲ ਧਿਆਨ ਮੋੜਿਆ ਉਸਨੇ ਲਿਫਾਫੇ ਦੇ ਉਸ ਥੱਬੇ ਵਿੱਚੋਂ ਇੱਕ ਲਿਫਾਫਾ ਚੁੱਕਿਆ ਤੇ ਮੇਰੇ ਪੈਸਿਆਂ ਦੇ ਮੁੱਲ ਦੀਆਂ ਖਟੀਆਂ ਮਿੱਠੀਆਂ ਗੋਲੀਆਂ ਜਿੰਨ ਕੇ ਉਸ ਲਿਫਾਫੇ ਵਿੱਚ ਪਾ ਦਿੱਤੀਆਂ ਕਾਰ ਤੱਕ ਪਹੁੰਚ ਦਿਆ ਮੈਂ ਅਧੀਆਂ ਕੋ ਗੋਲੀਆਂ ਮੁਕਾ ਚ ਲਈਆਂ ਦੁਪਹਿਰ ਤੱਕ ਲਿਫਾਫਾ ਖਾਲੀ ਹੋ ਗਿਆ ਮੈਂ ਪੇ ਦਿਾਨੀ ਵਿੱਚ ਲਿਫਾਫੇ ਦੇ ਜੋੜ ਖੋਲਣ ਲੱਗ ਪਿਆ ਤੇ ਫੇਰ ਖਾਲੀ ਲਿਫਾਫਾ ਗੁੱਛਾ ਮੁਛਾ ਕਰਕੇ ਪਰਾ ਸੁੱਟ ਦਿੱਤਾ ਅਚਾਨਕ ਮੈਨੂੰ ਖਿਆਲ ਆਇਆ ਕਿ ਮੈਂ ਵੀ ਇਹੋ ਜਿਹੇ ਲਿਫਾਫਾ ਬਣਾ ਸਕਦਾ ਸਾ ਮੇਰੇ ਕੋਲ ਕਈ ਕਾਪਿਆ ਪਈਆਂ ਹੋਈਆਂ ਸਨ ਉਹ ਕਾਪਿਆ ਸਕੂਲ ਦੇ ਕੰਮ ਨਾਲ ਪਾਰ ਗਈਆਂ ਸਨ ਹੁਣ ਮੈਨੂੰ ਉਹਨਾਂ ਕਾਪਿਆ ਦੀ ਲੋੜ ਨਹੀਂ ਸੀ ਉਹਨਾਂ ਕਾਪੀਆਂ ਦੇ ਕਾਗਜ਼ ਲਿਫਾਫੇ ਬਣਾਉਣ ਦੇ ਕੰਮ ਆ ਸਕਦੇ ਸਨ ਮੈਂ ਚੌਂਕ ਵਿੱਚੋਂ ਪੀੜੀ ਲਿਆ ਲਿਆ ਕੇ ਬਰਾਮਦੇ ਵਿੱਚ ਰੱਖ ਲਈ ਤੇ ਉੱਤੇ ਹੀ ਪੂੰਜੀ ਪੁਰਾਨੀਆਂ ਕਾਪੀਆਂ ਦੀ ਟੇਰੀ ਲਾ ਦਿੱਤੀ ਪੀੜੀ ਉੱਤੇ ਬਹਿ ਕੇ ਮੈਂ ਕਾਪੀਆਂ ਉਧੇੜਨ ਲੱਗ ਪਿਆ ਮਾਂ ਉਧਰੋਂ ਲੰਗੀ ਤਾਂ ਉਹਨੇ ਉਹਨੇ ਪੁੱਛਿਆ ਵੀਰ ਇਹ ਕੀ ਕਰ ਰਿਹਾ ਹੈ ਪੁਰਾਨੀਆਂ ਕਾਪੀਆਂ ਦੇ ਕਾਗਜ਼ ਨਾਲ ਲਿਫਾਫੇ ਬਣਾਉਣ ਲੱਗਾ ਹਾਂ ਮਾਂ ਮੈਂ ਦੱਸਿਆ ਮਾਂ ਮੁਸਕੁਰਾਈ ਕਾਗਜ਼ ਨੂੰ ਜੋੜੇਗਾ ਕਹਾ ਦੇ ਨਾਲ ਮੈਂ ਤਾਂ ਇਹ ਸੋਚਿਆ ਹੀ ਨਹੀਂ ਸੀ ਮਾਂ ਨੇ ਕਿਹਾ ਮੈਂ ਤੈਨੂੰ ਲੀਵੀ ਲੀਵੀ ਬਣਾ ਦੇਣੀ ਆ ਠੀਕ ਹੈ ਮਾਂ ਮੈਂ ਮੂੜ ਕਾਪੀਆਂ ਉਹ ਢੇੜਨ ਦੇ ਕੰਮ ਵਿੱਚ ਰੁੰਝ ਗਿਆ ਮਾਂ ਲੀਵੀ ਬਣਾ ਕੇ ਇੱਕ ਬਾਟੀ ਵਿੱਚ ਮੇਰੇ ਅੱਗੇ ਤਾਰ ਗਈ ਲੀਵੀ ਨੀਲੇ ਰੰਗ ਦੀ ਸੀ ਲੀਵੀ ਨੀਲੇ ਰੰਗ ਦੀ ਕਿਉਂ ਹੈ ਮੈਂ ਪੁੱਛਿਆ ਮਾਂ ਰੁੱਕ ਕੇ ਬੋਲੀ ਲੀਵੀ ਵਿੱਚ ਮੈਂ ਨੀਲਾ ਥੋਥਾ ਜੋ ਪਾਇਆ ਨੀਲਾtheta ਪਾਉਣ ਨਾਲ ਜੋੜੇ ਹੋਏ ਕਾਗਜ਼ਾ ਨੂੰ ਨਾ ਟਿੱਡੀਆਂ ਟੁੱਕਦੀਆਂ ਨੇ ਨਾ ਹੀ ਚੂਹੇ ਕੁਤਰਦੇ ਨੇ ਮਾਂ ਨੂੰ ਇਹ ਇਹ ਸੌਰੀ ਮਾਂ ਨੂੰ ਇਹੋ ਜੀ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਪਤਾ ਸੀ ਮੈਂ ਡੰਡੀਆਂ ਮਛੀਆਂ ਵਾਲਾ ਖਾਲੀ ਲਿਫਾਫਾ ਚੁੱਕ ਕੇ ਅਕੇ ਤਰ ਲਿਆ ਉਸੇ ਲਿਫਾਫੇ ਨੂੰ ਵੇਖ ਵੇਖ ਕੇ ਮੈਂ ਕਾਗਜ਼ ਨੂੰ 모ੜਨ ਅਤੇ ਜੋੜਨ ਲੱਗ ਪਿਆ ਸ਼ੁਰੂ ਵਿੱਚ ਮੈਂ ਗਲਤੀਆਂ ਵੀ ਕੀਤੀਆਂ ਪਰ ਬਾਅਦ ਵਿੱਚ ਮੈਂ ਇਨ ਬਿਨ ਠੀਕ ਲਿਫਾਫਾ ਬਣਾ ਲਿਆ ਦੋ ਦਿਨਾਂ ਵਿੱਚ ਮੈਂ 100 ਤੋਂ ਵੀ ਵੱਧ ਲਿਫਾਫੇ ਬਣਾ ਲਏ ਉਹਨਾਂ ਵਿੱਚੋਂ ਮੈਂ 100 ਚੰਗੇ ਲਿਫਾਫੇ ਚੁਣ ਕੇ ਦੱਥੀ ਬਣਾ ਲੇ ਮੈਂ ਦੱਥੀ ਉਸੇ ਹੱਟੀ ਉੱਤੇ ਲੈ ਗਿਆ ਜਿੱਤੋਂ ਮੈਂ ਕਟੀਆਂ ਮਿੱਟੀਆਂ ਗੋਲੀਆਂ ਖਰੀਦੀਆਂ ਸਨ ਹੱਟੀ ਵਾਲੇ ਨੇ ਕਿ ਉਨੇ ਕੋਰਾ ਜਵਾਬ ਦੇ ਦਿੱਤਾ ਮੇਰੇ ਕੋਲ ਤਾਂ ਪਹਿਲਾ ਹੀ ਬਹੁਤ ਲਿਫਾਫੇ ਪਏ ਹੋਏ ਨੇ ਮੈਨੂੰ ਹੋਰ ਲਿਫਾਫੇ ਨਹੀਂ ਚਾਹੀਦੇ ਮੇਰਾ ਉਤਸ਼ਾਹ ਮੱਠਾ ਪੈ ਗਿਆ ਫਿਰ ਸੋਚਿਆ ਲਿਫਾਫਿਆਂ ਦੀ ਲੋੜ ਤਾਂ ਹਰ ਦੁਕਾਨਦਾਰ ਨੂੰ ਹੁੰਦੀ ਹੋਊ ਕਿਉਂ ਨਾ ਕਿਸੇ ਹੋਰ ਨੂੰ ਪੁੱਛ ਵੇਖਾਂ ਕੁਝ ਦਿਕਾਨਾਂ ਦਾ ਗੇੜਾ ਲਾਉਣ ਪਿੱਛੇ ਇੱਕ ਦੁਕਾਨਦਾਰ ਲਿਫਾਫੇ ਖਰੀਦਣ ਖਰੀਦਨੇ ਮੰਨ ਗਿਆ ਮੈਂ ਲਿਫਾਫਿਆਂ ਦਾ ਥੱਦਾ ਥੱਬਾ ਉਹਦੇ ਵੱਲ ਕਰ ਦਿੱਤਾ ਕਿੰਨੇ ਨੇ ਲਿਫਾਫੇ ਉਸ ਪੁਛਿਆ ਸੋ ਉਹਨੇ ਕੁਝ ਲਿਫਾਫੇ ਪਰ ਪਰਥੇ ਤੇ ਬੋਲਿਆ ਇੰਨੇ ਵਧਿਆ ਨਹੀਂ ਬਨੇ ਹੋਏ ਕਾਪੀ ਦੀਆਂ ਸੂਈਆਂ ਵਾਲੀਆਂ ਥਾਵਾ ਟੋਪਾਟੇ ਹੋਏ ਨੇ ਮੈਂ ਇਹਨਾਂ ਲਿਫਾਫਿਆਂ ਵਿੱਚ ਪੀਸੀਆਂ ਹੋਈਆਂ ਵਸਤਾ ਨਹੀਂ ਪਾਸਾ ਕਦਾ ਮੈਂ ਨਿਮੋਚਨਾ ਹੋਇਆ ਲਿਫਾਫੇ ਚੁੱਕੇ ਪਰਤਨ ਲਗਾ ਤਾਂ ਉਹ ਮੋੜ ਬੋਲਿਆ ਮੈਂ ਇਹਨਾਂ ਲਿਫਾਫਿਆਂ ਦਾ ਵੱਧ ਤੋਂ ਵੱਧ 1 ਰੁਪਿਆ ਦੇ ਸਕਦਾ ਹਾਂ 1 ਰੁਪਿਆ ਮੈਨੂੰ ਯਕੀਨ ਨਹੀਂ ਸੀ ਆ ਰਿਹਾ 1 ਰੁਪਿਆ ਤਾਂ ਵੱਡੀ ਰਾਸ਼ੀ ਸੀ ਮੈਂ ਲਿਫਾਫੇ ਮੋੜ ਉਹਦੇ ਸਾਹਵੇਂ ਤਰ ਦਿੱਤੇ ਉਹਨੇ ਗੱਲ ਉਹਨੇ ਗੱਲੇ ਵਿੱਚ 1 ਰੁਪਿਆ ਕੱਢ ਕੇ ਮੈਨੂੰ ਫੜਾ ਦਿੱਤਾ ਉਹ 1 ਰੁਪਿਆ ਮੇਰੀ ਉਮਰ ਦੀ ਪਹਿਲੀ ਕਮਾਈ ਸੀ ਤੇ ਸਭ ਤੋਂ ਵੱਡੀ ਵੀ ਉਸ ਤੋਂ ਪਿੱਛੋਂ ਤਾਂ ਵਡੀਆਂ-ਵਡੀਆਂ ਕਮਾਈਆਂ ਵੀ ਹੋਈਆਂ ਪਰ ਇਹ ਸਾਰੀਆਂ ਰਕਮਾਂ ਉਸ 1 ਰੁਪਏ ਦੇ ਸਾਹਵੇਂ ਨਿੱਕੀਆਂ ਹੀ ਦੱਸਨੀਆਂ ਰਹੀਆਂ ਨੇ सॉरी दिस ने रही हूँ आप करा पाठ अभ्यास पहला प्रश्न लेखक ने पसारी दी हट्टी तो की खरीदया लेखक ने पसारी दी हट्टी तो खटिया मिठिया गोलियां खरीदिया लेखक नूली फाफे ले ने लिफाफे बनाने लेवी किसने बना के दता सॉरी दिती लेखक न लिफाफे बनाने माँ ने लेवी बना के दी लेखक ने लिफाफे बेच के कितने पैसे कमाए लेखक ने लिफाफे बेच के एक रुपए कमाए हूँ आप फिल इन द ब्लैंक्स दुखवे शब्द लव के खाली स्थान भरो एक दिन मैं डैश गोलियां लैन बाज़ार चला गया एक दिन मैं खटिया मीठिया गोलियां लैन बाज़ार चल लिया गया ਖਾਲੀ ਲਿਫਾਫਾ ਡੈਸ਼ ਕਰਕੇ ਪਰਾਸੂਟ ਦਿੱਤਾ ਖਾਲੀ ਲਿਫਾਫਾ ਗੁੱਛਾ ਮੂਛਾ ਕਰਕੇ ਪਰਾਸੂਟ ਦਿੱਤਾ ਦੋ ਦਿਨਾਂ ਵਿੱਚ ਮੈਂ ਡੈਸ਼ ਤੋਂ ਵੀ ਵੱਧ ਲਿਫਾਫੇ ਬਣਾ ਲਏ ਦੋ ਦਿਨਾਂ ਵਿੱਚੋਂ ਮੈਂ 100 ਤੋਂ ਵੀ ਵੱਧ ਲਿਫਾਫੇ ਬਣਾ ਲਏ ਮੈਂ ਡੈਸ਼ ਹੋਇਆ ਲਿਫਾਫੇ ਚੁੱਕ ਕੇ ਵਰਤਨ ਲਗਾ ਮੈਂ ਨਿਮੋਚਣਾ ਹੋਇਆ ਲਿਫਾਫੇ ਚੁੱਕ ਕੇ ਵਰਤਨ ਲਗਾ ਹੇਟ ਦਿੱਤੇ ਗੁਰੂ ਮੁਖੀ ਅਤੇ ਦੇਵ ਦੇਵਨਾਗਰੀ ਸ਼ਬਦਾਂ ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰੂ ਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿੱਚ ਲਿਖੋ ਛੁੱਟੀਆਂ ਛੁੱਟਿਆ ਕਾਪੀਆਂ ਕਾਪੀਆਂ ਕਾਗਜ਼ ਕਾਗਜ਼ ਉਧੇੜਨ ਉਧੇੜਨੇ ਬਾਅਦ ਵਿੱਚ ਬਾਅਦਮੇ ਐਂਡ ਇਹ ਪੇਜ ਨੰਬਰ 12 58 ਦਾ ਇੱਕ ਪੋਰਸ਼ਨ ਰਹਿ ਗਿਆ ਸੀ ਸੌਰੀ ਨਾਟ ਪੇਜ ਨੰਬਰ ਚੈਪਟਰ 12 ਦਾ ਇਹ ਹੈ ਹੇਠ ਲਿਖੇ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਦੇਵਨਾਗਰੀ ਵਿੱਚ ਲਿਖੋ ਚੌਰਾਸਤਾ ਚੌਰਾਸਤਾ ਨੇਮ ਨੇਮ ਦੋਸਤ ਦੋਸਤ ਲੋਕ ਲੋਗ ਤੁਸੀਂ ਇਹ ਚੈਪਟਰ 12 ਵਿੱਚ ਜਾ ਕੇ ਵਾਪਸ ਕਰ ਲਿਓ ਠੀਕ ਹੈ ਔਰ ਜੇ ਵੀਡੀਓ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸੀ ਯੂ ਇਨ ਦਾ ਨੈਕਸਟ ਵੀਡੀਓ ਬਾਏ ਬਾਏ